ਸਕੈਲਾ ਫਰਮਾਈ ਨਿਊਜ਼ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਕੈਨੇਡਾ ਚ ਚੈਨਲ ਵਾਈ ਤੇ ਯੂਕੇ ਚ ਸੰਗ ਟਵੀ ਵੀ ਦੇਖ ਰਹੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ ਮੈਂ ਹਾਂ ਕਾਸਿਫ ਫਾਰੂਕੀ ਔਰ ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਹੈਡਲਾਈਨਸ ਭਾਰਤ ਪਾਕਿਸਤਾਨ ਸਰਹੱਦ ਤੇ ਬੀਐਸਐਫ ਦੇ ਜਵਾਨਾਂ ਨੇ ਚਾਰ ਤਸਕਰਾਂ ਨੂੰ ਕੀਤਾ ਢੇਰ 50 ਕਰੋੜ ਦੀ ਹੈਰੋਇਨ ਸਮੇਤ ਪਾਕਿਸਤਾਨੀ ਸੀਮਾ ਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਮਰਨ ਵਾਲਿਆਂ ਚਾਰ ਤਸਕਰਾਂ ਚੋਂ ਦੋ ਭਾਰਤੀ ਚੰਡੀਗੜ੍ਹ ਚ ਪੰਜਾਬ ਰੋਡਵੇਜ਼ ਦੀ ਬੱਸ ਨੇ ਤਿੰਨ ਨੂੰ ਕੁਚਲਿਆ ਦੋ ਦੀ ਮੌਤ ਸੈਕਟਰ 46 47 ਦੇ ਲਾਈਟਾਂ ਤੇ ਵਾਪਰਿਆ ਹਾਦਸਾ ਸਿਕ ਸੰਗਤ ਦੀ ਸਹੂਲਤ ਲਈ ਐਸਜੀਪੀਸੀ ਆਪਣੇ ਅਧੀਨ ਆਉਂਦੇ ਸਾਰੇ ਗੁਰਦੁਆਰਿਆਂ 'ਚ ਰੱਖੇਗੀ ਸ਼ਿਕਾਇਤ ਅਤੇ ਸੁਝਾਅ ਬਾਕਸ ਕਿਸੇ ਕਿਸਮ ਦੀ ਔਖਾਈ ਆਉਣ ਤੇ ਗੁਰਦੁਆਰਾ ਪ੍ਰਬੰਧਨ ਦੀ ਕੀਤੀ ਜਾ ਸਕੇਗੀ ਸ਼ਿਕਾਇਤ ਸ਼ਿਮਲਾ ਸਮੇਤ ਹਿਮਾਚਲ ਪ੍ਰਦੇਸ਼ 'ਚ ਹੋਈ ਬਰਬਾਰੀ ਨੇ ਸਲਾਨੀਆਂ ਦੇ ਚਾਰਿਆਂ ਤੇ ਲਿਆਂਦੀ ਰੌਣਕ ਬਰਬਾਰੀ ਕਰਕੇ ਪੰਜਾਬ 'ਚ ਵੀ ਵੱਧੀ ਠੰਡ ਪਾਰਤ ਪਾਕਿਸਤਾਨ ਸਰਹੱਦ ਸੈਕਟਰ ਖੇਮਕਰਨਦੀਨ ਪੈਂਦੀ ਸਰਹੱਦੀ ਚੌਂਕੀ ਐਮਪੀ ਬੇਸ ਨੇੜੇ ਬੀਤੀ ਰਾਤ ਤਸਕਰਾਂ ਦੇ ਮਨਸੂਬਿਆਂ ਤੇ ਪਾਣੀ ਫੇਰਦਿਆਂ ਬੀਐਸਐਫ ਦੀ 191 ਬਟਾਲੀਅਨ ਦੇ ਜਵਾਨਾਂ ਨੇ ਤਸਕਰਾਂ ਨਾਲ ਹੋਈ ਮੁਟਪੇੜ ਦੌਰਾਨ ਚਾਰ ਤਸਕਰਾਂ ਨੂੰ ਠੇਰ ਕਰ ਦਿੱਤਾ ਮਾਰੇ ਗਏ ਦੋ ਤਸਕਰ ਪਾਕਿਸਤਾਨੀ ਅਤੇ ਦੋ ਭਾਰਤੀ ਸਨ ਇਸ ਆਪਰੇਸ਼ਨ ਦੌਰਾਨ ਬੀਐਸਐਫ ਨੇ ਇਹ ਤਸਕਰਾਂ ਕੋਲੋਂ 50 ਕਰੋੜ ਦੀ ਹੈਰੋਇਨ 10 ਪੈਕੇਟ ਬਰਾਮਦ ਕੀਤੇ ਨੇ ਤਿੰਨ ਪਿਸਤੌਲਾਂ ਤੇ ਪਾਕਿਸਤਾਨੀ SIM ਤੇ ਕਰੰਸੀ ਵੀ ਬਰਾਮਦ ਕੀਤੀ ਹੈ ਘਟਨਾ ਦੀ ਜਾਣਕਾਰੀ ਦਿੰਦੇ ਆ ਬੀਐਸਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਸਵੇਰੇ 5 ਵਜੇ ਦੀ ਹੈ ਜਦੋਂ ਜਵਾਨਾਂ ਨੂੰ ਕੁਝ ਹਲਚਲ ਦਿਖਾਈ ਦਿੱਤੀ ਤਾਂ ਜਵਾਨਾਂ ਨੇ ਤਸਕਰਾਂ ਨੂੰ ਲਲਕਾਰਿਆ ਜਿਸ ਤੋਂ ਬਾਅਦ ਹਲਚਲ ਵਾਲੇ ਪਾਸੇ ਤੋਂ ਫਾਇਰਿੰਗ ਸ਼ੁਰੂ ਹੋ ਗਈ ਤੇ ਬੀਐਸਐਫ ਦੇ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਸੂਚਾਰ ਤਸਕਰ ਟੀਰ ਹੋ ਗਏ ਸੂਤਰਾਂ ਤੋਂ ਮਿਲੀ ਖਬਰ ਮੁਤਾਬਕ ਭਾਰਤੀ ਤਸਕਰ ਪਾਕਿਸਤਾਨ ਵਾਲੇ ਪਾਸੇ ਤੋਂ ਆਉਣ ਵਾਲੀ ਹੈਰੋਇਨ ਦੀ ਖੇਪ ਲੈਣ ਲਿਗੇ ਸਨ ਅਤੇ ਗੋਲੀਬਾਰੀ 'ਚ ਮਾਰੇ ਗਏ पंजाब फ्रंटियर बीएसएफ में वन नाइन्टी वन बटालियन के इलाके में एमपी बेस बीओपी में रात के वक्त पाक स्मगलर्स की मूवमेंट और इंडियन ने स्मगलर्स की मूवमेंट नोटिस की गई और इन स्मगलर्स द्वारा बीएसएफ पार्टी पर फायर किया गया लगभग साढ़े चार बजे ये एक्सचेंज ऑफ फायर और हुआ, हुआ और बीएसएफ ने त्वरित और इफेक्टिव कार्रवाई की जिसके तहत दो पाक स्मगलर मारे गए और दो इंडियन स्मगलर मारे गए फेंसिंग के बिल्कुल नज़दीक की घटना हुई फेंसिंग के जस्ट उस तरफ दो पाक स्मगलर मारे गए और फेंसिंग के भारत की जो तरफ का हिस्सा है उसमें दो इंडियन स्मगलर मारे गए मौके से हमारे को दस पैकेट मिले हैं उनमें से नौ पैकेट हीरोइन पूरे बंद हैं जो दसवां पैकेट है उसके अंदर तीस राउंड भी मिले हैं और एक पाकिस्तानी सिम भी मिली है तो इस प्रकार ये लगभग साढ़े नौ के जी हीरोइन है पैकेटों में में और एक में एक और एक एक पैकेट पाक भी भी है है। राउंड्स इसके अलावा हादसे रोडवेज पाकिस्तानी साइड जिन्हों दो हालत हस्पता भर्ती करवाया गया है जानकारी मुताबिक रोडवेज ने ਸਕੂਟਰ ਸਵਾਰਾਂ ਨੂੰ ਪਿੱਛੋਂ ਟੱਕਰ ਮਾਰੀ ਤੇ ਜਿਸ ਤੋਂ ਬਾਅਦ ਬੱਸ ਦੇ ਟਾਇਰ ਤਿੰਨਾਂ ਦੇ ਉੱਪਰ ਦੇ ਚੜ ਗਏ ਚੰਡੀਗੜ੍ਹ ਪੁਲਿਸ ਹਾਦਸੇ ਦੀ ਜਾਂਚ ਦੇ ਕਾਰਨ ਲੱਭਣ ਲੱਗੀ ਹੋਈ ਹੈ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਦੀਨਾਂ ਦੇ ਸਮੂਹ ਗੁਰਦੁਆਰਾ ਸਹਿਬਾਨਾ ਵਿਖੇ ਨਤਮਸਤਕ ਹੋਣ ਵਾਲੀ ਸੰਗਤ ਦੀ ਸਹੂਲਤ ਲਈ ਵਿਸ਼ੇਸ਼ ਉਪਰਾਲੇ ਉਲਿਕਣ ਦਾ ਇੱਕ ਫੈਸਲਾ ਲਿਆ ਜਿਸ ਤਾ ਹੈ ਤਾਂ ਹਰ ਗੁਰਦੁਆਰਾ ਸਾਹਿਬ ਅੰਦਰ ਸੁਝਾ ਅਤੇ ਸ਼ਿਕਾਇਤ ਰਜਿਸਟਰ ਅਤੇ ਬਾਕਸਾ ਲਗਾਇਆ ਜਾਏਗਾ ਹਰ ਗੁਰਦੁਆਰਾ ਸਾਹਿਬ ਚ ਪੁੱਛਗਿੱਛ ਕਾਊਂਟਰ ਖੋਲਿਆ ਜਾਏਗਾ ਸਿੱਖ ਇਤਿਹਾਸ ਨੂੰ ਦਰਸਾਉਂਦੇ ਸੁੰਦਰ ਬੋਹ ਪਾਸ਼ਾਈ ਬੋਰਡ ਲਗਾਏ ਜਾਣਗੇ ਤੇ ਹਰ ਗੁਰਦੁਆਰਾ ਸਾਹਿਬ ਅੰਦਰ ਸੁੰਦਰ ਦਿਖਵਾਲੇ ਫੁੱਲ ਬੂਟੇ ਲਗਾਏ ਜਾਣਗੇ ਇਸ ਨਾਲ ਆਉਣ ਵਾਲੇ ਸ਼ਰਧਾਲੂਆਂ ਨੂੰ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜਿਸ ਨੂੰ ਅਮਲੇ ਰੂਪ ਦੇਣ ਲਈ ਬੀਤੇ ਦਿਨੀ ਸਮੂਹ ਗੁਰਦੁਆਰਾ ਸਾਹਿਬਾਨ ਦੇ ਮੈਨੇਜਰ ਸਾਹਿਬਾਨ ਨਾਲ ਇੱਕ ਵਿਸ਼ੇਸ਼ ਮੀਟਿੰਗ ਕਮੇਟੀ ਦਫਤਰ ਚ ਬੁલાਏਗੀ ਜਿਸ ਚ ਇਸ ਦੀ ਜਾਣਕਾਰੀ ਸਾਂਝ ਕੀਤੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਸਮੁੱਚੇ ਗੁਰਦੁਆਰਾ ਸਹਾਬਾਨ ਦੇ ਮੈਨੇਜਰਸ ਆਫ ਦੀ ਪਿਛਲੇ ਦਿਨੀ ਵਿਸ਼ੇਸ਼ਿਕ ਕੱਤਤਾ ਕੀਤੀ ਗਈ ਸੀ ਜਿਸ ਦੇ ਵਿੱਚ ਜਸਵੰਤ ਰਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਓਦਿਸ਼ ਅਨੁਸਾਰ ਸਾਰੇ ਹੀ ਸਮੁੱਚੇ ਮਲੇਜਾ ਸਹਿਬਾਨ ਨੂੰ ਗੁਰਦਰਾ ਸਹਿਬਾਨ ਦੇ ਵਿੱਚ ਸੰਗਤਾਂ ਵੱਲੋਂ ਆਉਂਦੇ ਸੁਝਾਅ ਔਰ ਉਹਨਾਂ ਵੱਲੋਂ ਮਿਲਦੀਆਂ ਸ਼ਿਕਾਇਤਾਂ ਦੇ ਵਿਸ਼ੇਸ਼ ਤੌਰ ਤੇ ਮਤਲਬ ਉਹਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਜਿਹੜਿਆ ਵਿਸ਼ੇਸ਼ ਇੱਕ ਰਜਿਸਟਰ ਲਗਾਇਆ ਜਾਵੇ ਜਿਸ ਦੇ ਵਿੱਚ ਸਾਰੇ ਜਿਹੜੇ ਆ ਉਹਨਾਂ ਵੱਲੋਂ ਆਉਣ ਵਾਲੇ ਸੁਝਾਅ ਜਿਹੜੇ ਆ ਉਹਨਾਂ ਤੇ ਨੋਟ ਨੋਟਿੰਗ ਹੋਵੇ ਦੂਸਰੀ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਇਹ ਕਿਹਾ ਗਿਆ ਕਿ ਇੱਕ ਸ਼ਿਕਾਇਤ ਬਾਕਸ ਜਿਹੜੇ ਆ ਉਹ ਨਿਰਧਾਰਤ ਕੀਤੇ ਜਾਣ ਲਾਏ ਜਾਣ ਬੇਸ਼ੱਕ ਖਡੂਰ ਸਾਹਿਬ ਜ਼ਿਮਨੀ ਚੋਣ ਚ ਸਥਾਨਕ ਬੀਜੇਪੀ ਇਕਾਈ ਨੇ ਅਕਾਲੀਆਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੋਇਆ ਪਰ ਸੀਨੀਅਰ ਬੀਜੇਪੀ ਨੇਤਾ ਤੇ ਪਾਰਟੀ ਦੇ ਕੌਮੀ ਸਕੱਤਰ ਤਰਨ ਚੁੱਗ ਨੇ ਦਾਅਵਾ ਕੀਤਾ ਕਿ ਪਾਰਟੀ 2017 ਦੀਆਂ ਵਿਧਾਨ ਸਭਾ ਚੋਣਾਂ ਅਕਾਲੀਆਂ ਨਾਲ ਮਿਲ ਕੇ ਲੜੇਗੀ ਅਤੇ ਜਿਸ ਦੀ ਸ਼ੁਰੂਆਤ ਕਡੂਰ ਸਾਹਿਬ ਜ਼ਿਮਨੀ ਚੌਂ ਤੋਂ ਜਿਤਨ ਨਾਲ ਕੀਤੀ ਜਾਏਗੀ ਇਸ ਦੇ ਨਾਲ ਹੀ ਤਰਨ ਚੁਗ ਨੇ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦਾ ਪ੍ਰਧਾਨ ਬਣਾਏ ਜਾਣ ਦੇ ਮਾਮਲੇ ਤੇ ਬੋਲਦਿਆਂ ਕਿਹਾ ਕਿ ਬੀਤੇ ਦਿਨੀ ਦਿਲਚ ਪਾਰਟੀ ਦੀ ਕੋਰ ਕਮੇਟੀ ਦੀ ਹੋਈ ਬੈਠਕ ਚ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਬਾਰੇ ਕੋਈ ਚਰਚਾ ਹੀ ਨਹੀਂ ਹੋਈ। ਸ਼੍ਰੀ ਅਮਿਤ ਸ਼ਾਹ ਜੀ ਨੇ ਸ਼੍ਰੀ ਅਰुण ਜੇਤਲੀ ਜੋ ਫਾਈਨਾਂਸ ਮਿਨਿਸਟਰ ਹੈ ਉਹਨਾਂ ਦੇ ਨਿਵਾਸ ਪਰ ਸਭੀ भारतीय जनता पार्टी के कोर कमेटी के सदस्यों को बुलाया था और उन्होंने वहाँ पर सभी कोर कमेटी के सदस्यों से विचार विमर्श किया है कि पंजाब की वर्तमान राजनीतिक स्थिति क्या है पंजाब के अंदर गठबंधन की क्या भूमिका है गठबंधन के बारे में क्या हम सोचते हैं पंजाब के नौजवान क्या सोचते हैं पंजाब की जनता क्या सोचती है पंजाब को आगे कैसे लेके जाना है उसकी क्या क्या योजनाएं हो सकती हैं इन कई मुद्दों पर संगठन कैसे चलाना है संगठन को कैसे मजबूत करना है इन मुद्दों पर चर्चा हुई है और सभी प्रमुख नेताओं से उन्होंने अपने विचार ले लिए हैं ऐसा कि अभी इस पर कोई चर्चा नहीं हुई है और जो आपने कहा कि नवजोत सिंह सिद्धू जी पर क्या चर्चा हुई है वहाँ पर नवजोत सिंह सिद्धू जी पर कोई चर्चा नहीं हुई वहाँ पंजाब की वर्तमान राजनीतिक परिस्थिति वह संगठन व गठबंधन इन चीज़ों पर चर्चा हुई मुक्तसर गिद्दड़बहा कारपोरेशन बैंक एम च उस वेले हड़कम मच गया जो ए टी एम एक मुंडा ਖੋਲਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਲੋਕਾਂ ਨੇ ਉਸ ਨੂੰ ਮੌਕੇ ਤੇ ਫੜ ਲਿਆ ਤੇ ਪੁਲਿਸ ਨੂੰ ਸੂਚਨਾ ਦਿੱਤੀ ਇਸ ਬਾਰੇ ਜਦੋਂ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਬੈਂਕ ਬੰਦ ਸੀ ਪਰ ਜੋ ਵਿਅਕਤੀ ਫੜਿਆ ਗਿਆ ਉਹ ਏਟੀਐਮ 'ਚ ਪੈਸੇ ਪਾਉਣ ਦਾ ਕੰਮ ਕਰਦਾ ਤੇ ਨਿੱਜੀ ਮੁਲਾਜ਼ਮ ਹੈ ਪਰ ਛੁੱਟੀ ਵਾਲੇ ਦਿਨ ਉਹ ਏਟੀਐਮ ਨੂੰ ਕਿਸ ਲਈ ਖੋਲ ਰਿਹਾ ਸੀ ਇਸ ਦੀ ਜਾਂਚ ਹੋ ਰਹੀ ਹੈ ਫਿਲਹਾਲ ਮੁਲਜ਼ਮ ਲੜਕਾ ਪੁਲਿਸ ਹਿਰਾਸਤ 'ਚ ਹੈ ਇਸ ਕਾਲ ਦੇਖਣਾ ਹੈ ਸਰ ਕਿਸ ਕੋ

ठीक है उसके बाद दो और बंदे होते हैं स्टैम के साथ साइन होते हैं तभी हम पैसा देते हैं तब लोडिंग होती है लेकिन आज ये कह रहे हैं कि हमें किसी कंप्लेन करी हमें ऊपर से ऑर्डर आए कि शायद कोई एटीएम मशीन काम नहीं कर रही अभी ये क्लियर नहीं है इन्होंने रिटर्न में हमें कुछ शो नहीं किया अभी तक कि ऊपर से कोई इनको ऑर्डर थे कि ए का कैश नहीं निकाल रहा है तो ये आके वहाँ पर कुछ चेक कर रहे थे इतने में लोगों ने इन्हें देखा इन्हें लग कोशिश लगा कि अब लोगों ने बताया जैसा कि इन्हों पैसे निकाल रहे हैं ए से कुछ हेराफेरी करने की कोशिश कर रहे हैं तो इनको पकड़ा गया अभी इनसे रिटर्न में देखा जाएगा उसके बाद ही पता लगेगा इनको कोई ऑफिशियली पावर है सिंगली निकालने की कि नहीं है बेबी डॉल चिट्टियां कलाइयां वरगे कई हिट गी देन गीत देने वाले गीतकार कुमार पिछले दिन ही चंडीगढ़ सन जिलंदर तौर संबंध रखने वाले कुमार दा मन्ने कि पंजाब दा हुन करके उना नु बॉलीवुड विच काफी मदद मिली है उना नाल खास गल बात की थी साडी पत्रकार राजेंद्र कौर ने ਬੇਬੀ ਡਾਲ ਚਿਟੀਆਂ ਖਲਾਈਆਂ ਵਰਗੇ ਗਾਣੇ ਲਿਖਣ ਵਾਲੇ ਗੀਤਕਾਰ ਕੁਮਾਰ ਜੀ ਇਸ ਵਕਤ ਸਾਡੇ ਨਾਲ ਨੇ ਉਹਨਾਂ ਨਾਲ ਗੱਲ ਕਰਦੇ ਆ ਪੰਜਾਬ ਤੋਂ ਬਿਲੋਂਗ ਕਰਦੇ ਆ ਜਲੰਧਰ ਤੋਂ ਹੈਨਾ ਕੁਮਾਰ ਜੀ ਸੋ ਅ ਇਨੇ ਹਿੱਟ ਗਾਣੇ ਤੁਸੀਂ ਦਿੱਤੇ ਲਿਖਣ ਵੇਲੇ ਕੀ ਸਿਰਫ ਬਾਜ਼ਾਰ ਦੀ ਡਿਮਾਂਡ ਹੁੰਦੀ ਹੈ ਜਾਂ ਕੁਝ ਅੰਦਰ ਮਹਿਸੂਸ ਵੀ ਹੋ ਰਿਹਾ ਹੁੰਦਾ ਬਾਜ਼ਾਰ ਦੀ ਡਿਮਾਂਡ ਤਾਂ ਹੁੰਦੀ ਹੈ ਬਿਲਕੁਲ ਕਮਰਸ਼ੀਅਲ ਹੋਣਾ ਬੜਾ ਜ਼ਰੂਰੀ ਹੈ ਇੰਡਸਟਰੀ ਦੇ ਵਿੱਚ ਬਾਲੀਵੁੱਡ ਦੇ ਵਿੱਚ ਕਮਰਸ਼ੀਅਲ ਨਹੀਂ ਹੋਗੇ ਤਾਂ ਫਿਰ ਤੁਸੀਂ ਸਹਿਤਿਕ ਹੋ ਜਾਓਗੇ ਜ਼ਿਆਦਾ ਜਿਆਦਾ ਸਾਹਿਤਿਕ ਹੋਣ ਦਾ ਮਤਲਬ ਹੈ ਕਿ ਮੈਨੂੰ ਪੈਸੇ ਕੱਟ ਮਿਲਣਗੇ ਲੱਗਦਾ ਮੈਨੂੰ ਹਾਂ 베ਬੀ ਡੋਲ ਡਿਮਾਂਡ ਤੇ ਕੰਮ ਕਰਦਾ ਮੈਨੂੰ ਐਕਸਪੈਰੀਮੈਂਟ ਕਰਨ ਦਾ ਸ਼ੌਂਕ ਹੈ ਬਹੁਤ ਜ਼ਿਆਦਾ ਕਿ ਮੈਂ ਫੋਨੇਟਿਕਸ ਲੈ ਕੇ ਜਦ ਲੋਕੀ ਪੋਇਟਰੀ ਦੇ ਵਲ ਨਟ ਰਹੀ ਸੀ ਮੈਂ ਫੋਨੇਟਿਕ ਵਲ ਨਟ ਰਹੀ ਸੀ ਯਾਰ ਚਿੱਟੀਆਂ ਗਲਾਈਆਂ 베ਬੀ ਡੋਲ ਮੈਂ ਲਵਲੀ ਹੋ ਗਈਆਂ ਦੇਸੀ ਲੁੱਕ ਜਾਂ ਮੈਂ ਨੱਚਾਂ ਫਰਾਟੇ ਮਾਰ ਕੇ ਲੋਕੀ ਪੁੱਛਦੇ ਫਰਾਟੇ ਦਾ ਮਤਲਬ ਕੀ ਹੈ ਮੈਂ ਕਿਹਾ ਪੱਖਾ ਹੈ ਉਹ ਵੱਡਾ ਪੰਜਾਬ ਚ ਉਹਨੂੰ ਵੇਖ ਕੇ ਮੈਨੂੰ ਗਾਣਾ ਆ ਗਿਆ ਚਲੋ ਪੰਜਾਬ ਤੇ ਉਹ ਹੋਣ ਦਾ ਫਾਇਦਾ ਵੀ ਮਿਲਿਆ ਲਿਖਣ ਵਿੱਚ ਕਿਉਂਕਿ ਪੰਜਾਬੀ ਗਾਣੇ ਬੜੇ ਪਸੰਦ ਕੀਤੇ ਜਾਂਦੇ ਆ ਬਾਲੀਵੁੱਡ ਵਿੱਚ ਅਗਰ ਮੈਂ ਪੰਜਾਬ ਤੋਂ ਨਹੀਂ ਹੁੰਦਾ ਮੈਂ ਮੈਂ ਕਿਤੇ ਦਾ ਨਹੀਂ ਹੁੰਦਾ ਮੈਂ ਮੈਨੂੰ ਖੜਾ ਹੁੰਦੀ ਜਗ੍ਹਾ ਵੀ ਨਹੀਂ ਮਿਲਦੀ ਮੇਰੀ ਮਦਨ ਟੰਗ ਨੇ ਮੈਨੂੰ ਉੱਥੇ ਤੱਕ ਪਹੁੰਚਾਇਆ ਮੈਂ ਸਲੂਟ ਕਰਦਾ ਕਿ ਮੈਂ ਪੰਜਾਬੀ ਆ ਪੰਜਾਬ ਤੋਂ ਆ ਉੱਥੇ ਬਹੁਤ ਲਿਰਿਸਟ ਹੈਗੇ ਜਿੰਨਾਂ ਕੋ ਕੰਮ ਨਹੀਂ ਹੈਗਾ ਬਟ ਮੈਂ ਬਹੁਤ ਲੱਕੀ ਰਿਹਾ ਕਿ ਪੰਜਾਬ ਤੋਂ ਆ ਮੈਂ ਪੰਜਾਬੀ ਲੈਂਗੁਏਜ ਨੂੰ ਬਾਲੀਵੁੱਡ ਤੱਕ ਲੈ ਕੇ ਗਿਆ ਹਰ ਗਾਣੇ ਚ ਕੋਸ਼ਿਸ਼ ਹੁੰਦੀ ਹੈ ਕਿ ਮੈਂ ਲਿਖਾਂ ਪੰਜਾਬ ਪੰਜਾਬੀ ਲੈਂਗੁਏਜ ਨੂੰ ਤੇ ਪੰਜਾਬੀ ਲੈਂਗੁਏਜ ਨੇ ਹੀ ਮੈਨੂੰ ਬਣਾਤਾ ਹੈ ਬਹੁਤ ਵੱਡੀ ਗੱਲ ਹੈ ਮੇਰੇ ਬੱਸ ਮੇਰੀ ਮਦਰ ਟੰਗ ਤੋਂ ਮੈਨੂੰ ਜਾਣੇ ਜਾ ਰਿਹਾ ਹੈ ਖੁਦ ਦਾ ਪਸੰਦੀਦਾ ਲਿਖਣਾ ਕੀ ਹੈ ਸੈਡ ਸੌਂਗਸ ਜਾਂ ਖੁਸ਼ੀ ਵਾਲੇ ਰੋਮਾਂਟਿਕ ਸੌਂਗਸ ਮੈਂ ਜੋ ਰਬ ਨਾਲ ਕਨੈਕਟ ਹੁੰਦੀ ਹੈ ਗੱਲ ਉਹ ਲਿਖਣਾ ਪਸੰਦ ਕਰਦਾ ਜਿਵੇਂ ਕਿ ओ माय गॉड ਦਾ ਗਾਣਾ ਮੈਂ ਤੋ ਨਹੀਂ ਹੂੰ ਇਨਸਾਨੋ ਮੇ ਵਿਕਤਾ ਹੂੰ ਮੈਂ ਤੋ ਇਨ ਦੁਕਾਨੋ ਮੇ ਦੁਨੀਆ ਬਣਾਈ ਮੈਨੇ ਹਾਥੋਂ ਸੇ ਮਿੱਟੀ ਸੇ ਨਹੀਂ ਜਜ਼ਬਾਤੋਂ ਸੇ ਫਿਰ ਰਹਾ ਹੂੰ ਢੂੰਡਤਾ ਮੇਰੇ ਨਿਸ਼ਾਨ ਹੈ ਕਹਾਂ ਮੇਰੇ ਨਿਸ਼ਾਨ ਐ ਮੇਰੇ ਮੇਰੀ ਕੁਆਲਿਟੀ ਹੁਣ ਵੀ ਮੈਨੂੰ ਇਦਾਂ ਦੇ ਗਾਣੇ ਪਸੰਦ ਕਰਦਾ ਮੈਂ ਲਿਖਣੇ ਬਾਕੀ ਜੋ ਜ਼ਰੂਰਤਾਂ ਦੇ ਲਿਖ ਰਹੇ ਲੋਕਾਂ ਵਾਸਤੇ ਲਿਖ ਰਹੇ ਲੋਕੀ ਨਾਚਾਰੇ ਅੱਛਾ ਲੱਗਦਾ ਸੂਰਜ ਡੁੱਬਾ ਹੈ ਯਾਰੋ ਲਈ ਤੋਂ ਤੁਸੀਂ ਫਿਲਮ ਫੇਅਰ ਲਈ ਨੋਮੀਨੇਟ ਵੀ ਹੋਏ ਫਿਰ ਮਤਲਬ ਹੀ ਹੋ ਜਾ ਜਿਹਦੇ ਗਾਣੇ ਲਿਖੇ ਅਵਾਰਡਸ ਤੁਹਾਨੂੰ ਲੱਗਦਾ ਹੈ ਕਿ ਕਿੰਨਾ ਮਾਇਨੇ ਰੱਖਦੇ ਹੈ ਗੀਤਕਾਰ ਐਪਰੀਸੀਏਸ਼ਨ ਚੰਗੀ ਲੱਗਦੀ ਹੈ ਬਟ ਠੀਕ ਹੈ ਮੈਂ ਉਸ ਭੀੜ ਚ ਨਹੀਂ ਹੈਗਾ ਮੇਰਾ ਦਿਮਾਗ ਅਚਲੀ ਮੈਂ ਆਪਣਾ ਕੰਮ ਕਰ ਰਿਹਾ ਕੰਮ ਦੇ ਰਾਸੇ ਲੋਕੀ ਮਿਲ ਰਹੇ ਹੈ ਅਵਾਰਡ ਆਏ ਤਾਂ ਠੀਕ ਹੈ ਨਹੀਂ ਆਇਆ ਤਾਂ ਉਹ ਤਾਂ ਹੋਰ ਵੀ ਅੱਛੀ ਗੱਲ ਹੈ ਠੀਕ ਹੈ ਮੈਂ ਉਹ ਉਹ ਚੀਜ਼ਾਂ ਪਿੱਛੇ ਮੈਟਲਿਸਟਿਕ ਲੁੱਕ ਮੈਟਲਿਸਟਿਕ ਚੀਜ਼ਾਂ ਨਾਲ ਇਸ ਵਾਰ ਜੁੜੇ ਹੈ ਕਿ ਦੁਨੀਆ ਵਿੱਚ ਆ ਗਈ ਹੈ ਤੇ ਸਿੱਧਾ ਸਬੰਧ ਮੈਟਲ ਵਰਡ ਨਾਲ ਮੇਰਾ ਨਹੀਂ ਹੈਗਾ ਪਾਲੀਵੁੱਡ ਵਿੱਚ ਤੁਸੀਂ ਮਿਊਜ਼ਿਕ ਗਾਣਿਆਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਜੋ ਚੱਲ ਰਿਹਾ ਹੈ ਪਾਲੀਵੁੱਡ ਪੰਜਾਬੀ ਫਿਲਮ ਇੰਡਸਟਰੀ ਜਿਹੜੇ ਗਾਣੇ ਚੱਲ ਰਹੇ ਨੇ ਉਹ ਵਧੀਆ ਹੈ ਜਿਸ ਦੌਰ ਵਿੱਚ ਜੋ ਹੋ ਰਿਹਾ ਹੈ ਜੋ ਹੁੰਦਾ ਉਹ ਵਧੀਆ ਹੀ ਹੁੰਦਾ ਐਕਚੁਅਲੀ ਜਿਸ ਦੌਰ ਚ ਜੋ ਤੁਸੀਂ ਖੁਦ ਵੀ ਲਿਖ ਰਹੇ ਹੋ ਮੈਂ ਪਿੱਛੇ ਦੀ ਸਕ੍ਰਿਪਟ ਅੱਛੀ ਹੋਏਗੀ ਤਾਂ ਗਾਣੇ ਅੱਛੇ ਬਣਨਗੇ ਪਿੱਛੇ ਦੀ ਸਕ੍ਰਿਪਟ ਅਗਰ ਮસ્ਤੀ ਜ਼ਿਆਦਾ ਹੈਗੀ ਹੈ ਤਾਂ ਉਹਦੇ ਜਿਹੜੀ ਸਹਿਤਿਆ ਦਾ ਐਕਸਪੈਕਟ ਨਹੀਂ ਕਰ ਸਕਦੇ ਨਾ ਮੈਂ ਤੋਂ ਇਹ ਲਿਖਣਾ ਪੈਂਦਾ ਉਹਦੀ ਬੜੀ ਟੱਲੀ ਹੋ ਜਾ ਸ਼ਰਾਬ ਔਰ ਕੀ ਹੈ ਲੋਕਾਂ ਨੂੰ ਯੂਥ ਹੈਗੀ ਹਰ ਜ਼ੋਰ ਚ ਯੂਥ ਹੁੰਦੀ ਹੈ ਤੁਸੀਂ ਕਹਿੰਦੇ ਸਾਡੇ ਵਰਗੇ ਗਾਣਾ 18 ਸਾਲ ਦੇ ਮੁੰਡੇ ਨੂੰ ਚਾਹੀਦਾ ਚਾਹੀਦਾ ਸ਼ਰਾਬ ਚਾਹੀਦਾ ਜਾਂ ਉਹ ਇੰਜੋਏ ਕਰਨਾ ਚਾਹੁੰਦਾ ਤੁਸੀਂ ਕੀ ਕਰ ਸਕਦੇ ਹੋ ਉਹਦੇ ਵਿੱਚ ਕਲੱਬ ਹੈਗੇ ਆ ਕਲੱਬ ਬੰਦ ਕਰਾ ਦਿਓ ਤਾਂ ਹਮ ਸ਼ਰਾਬ ਦਾ ਗਾਣਾ ਬੰਦ ਕਰ ਦੇ ਅੱਛਾ ਖੁਦ ਦਾ ਕੋਈ ਪਸੰਦੀਦਾ ਗਾਣਾ ਮੇਰਾ ਲਿਖਿਆ ਹੈਗੀ ਸੀ ਜੋ ਭੇਜੀ ਥੀ ਦੁਆ ਉਹ ਜਾ ਕੇ ਆਸਮਾਨ ਸੇ ਯੂ ਟਕਰਾ ਗਈ ਕਿ ਆ ਗਈ ਹੈ ਲੋਟ ਕੇ ਸਦਾ ਐਪਰੀਸ਼ੀਏਸ਼ਨ ਤੁਹਾਨੂੰ ਸਭ ਤੋਂ ਜ਼ਿਆਦਾ ਲੱਗਦਾ ਕਿਸ ਗਾਣੇ ਤੋਂ ਮਿਲੀ ਮੈਂ ਵੇਟ ਕਰ ਰਹੇ ਹਾਂ ਹਾਂ ਬੋਲੋ ਐਪਰੀਸ਼ੀਏਟ ਕਰਦੇ ਰੋਕੀ ਮੈਨੂੰ ਲੱਗਦਾ ਹੋਰ ਅੱਛਾ ਲਿਖਾਂਗੇ ਹੋਰ ਐਪਰੀਸ਼ੀਏਸ਼ਨ ਗੁੱਡ ਲੱਕ ਟੂ ਯੂ ਅਸੀਂ ਵੀ ਉਮੀਦ ਕਰਦੇ ਹਾਂ ਕਿ ਹੋਰ ਅੱਛਾ ਅੱਛਾ ਸੁਣਦੇ ਰਹੀਏ ਅਸੀਂ ਤੁਹਾਡੇ ਤੋਂ ਸੋ ਇਹ ਸਾਡੇ ਗੀਤਕਾਰ ਕੁਮਾਰ ਬਾਲੀਵੁੱਡ ਵੀ ਲਈ ਵੀ ਲਿਖ ਰਹੇ ਹੈ ਪਾਲੀਵੁੱਡ ਵੀ ਲਈ ਲਿਖ ਰਹੇ ਹੈ ਔਰ ਕੈਨੇਡਾ ਦੀ ਫਲਾਈਟ ਨਈ ਫਿਲਮ ਜਿਹੜੀ ਆਈ ਆ ਰਹੀ ਹੈ ਉਹਦੇ ਵਿੱਚ ਮੈਂ ਉਹਨਾਂ ਨੇ ਕੁਝ ਗਾਣੇ ਲਿਖੇ ਉਹਨਾਂ ਨੂੰ ਉਮੀਦ ਹੈ ਕਿ ਉਹ ਹਿੱਟ ਹੋਣਗੇ ਚੰਡੀਗੜ੍ਹ ਤੋਂ ਕੈਮਰਾ ਪਰਸਨ ਪੰਕਜ ਸ਼ਰਮਾ ਦੇ ਨਾਲ ਰਜਿੰਦਰ ਕੌਰ ਫਰੀ ਮੀਡੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾ ਓਡੀਸ਼ਾ ਦੌਰੇ ਤੇ ਨੇ ਪ੍ਰਧਾਨ ਮੰਤਰੀ ਮੋਦੀ ਨੇ ਪਾਰਾਦੀਪ ਚ ਆਈਓਸੀ ਦੇ ਰਿਫਾਈਨਰੀ ਪ੍ਰੋਜੈਕਟ ਦਾ ਉਦਘਾਟਨ ਵੀ ਐਤਵਾਰ ਕੀਤਾ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਇੱਕ ਰੈਲੀ ਨੂੰ ਵੀ ਸੰਬੋਧਨ ਕੀਤਾ ਜਿਸ ਚ ਉਹਨਾਂ ਨੇ ਖੇਤੀ ਤੋਂ ਇਲਾਵਾ ਰੋਜ਼ਗਾਰ ਦੀਆਂ ਹੋਰ ਸੰਭਾਵਨਾਵਾਂ ਤੇ ਵੀ ਆਪਣੀ ਗੱਲ ਰੱਖੀ ਉਹਨਾਂ ਕਿਹਾ ਕਿ ਰਿਫਾਇਨਰੀ ਤੋਂ ਉੜੀਸ਼ਾ ਦੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਤੇ ਦੇਸ਼ ਹੋਰ ਤਰੱਕੀ ਕਰੇਗਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦੇਸ਼ ਚ ਅਜਿਹੇ ਨੌਜਵਾਨ ਚਾਹੁੰਦੇ ਨੇ ਜੋ ਆਪਣੀ ਸਮਰੱਥਾ ਨਾਲ ਬਾਕੀ ਨੌਜਵਾਨਾਂ ਨੂੰ ਵੀ ਰੋਜ਼ਗਾਰ ਦੇ ਸਕਣ ਪੀਐਮ ਨੇ ਕਿਹਾ ਕਿ ਇਸ ਰਿਫਾਇਨਰੀ ਨਾਲ ਰਾਜ ਦੇ ਗਰੀਬਾਂ ਤੱਕ ਗੈਸ ਸਿਲੰਡਰ ਪਹੁੰਚਾਉਣ ਚ ਵੀ ਮਦਦ ਮਿਲੇਗੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਰਿਫਾਇਨਰੀ ਉੜੀਸ਼ਾ ਨੂੰ ਇੱਕ ਨਵੀਂ ਸੇ ਦੇਵੇਗੀ ਦੱਸ ਦਈਏ ਕਿ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਇਸ ਰਿਫਾਇਨਰੀ ਦੇ ਕਰੀਬ 35000 ਕਰੋੜ ਦੀ ਲਾਗਤ ਆਈ ਹੈ ਜਿਸ ਨਾਲ आई एक बार फिर तो रिलायंस इंडस्ट्री को पिछे दिया देश की सब तो वीडी रिफाइनरी बन गई है परादीप आई ओ सी की यह नौवीं रिफाइनरी है यहां के लाखों नौजवानों को रोजगार के नए अवसर उपलब्ध होने वाले हैं और इसलिए पारादीप रिफाइनरी एक प्रकार से उड़ीसा का विकास दीप है विकास दीप ये पारादीप रिफाइनरी उड़ीसा के नौजवानों का भाग्य दीप है भाग्य दीप ये पारादीप रिफाइनरी हिंदुस्तान की कोटी कोटि गरीब महिलाएं जो लकड़ी का चूल्हा झला करके खाना पकाती है धुएं के कारण बच्चे बीमार हो जाते हैं खुद बीमार हो जाती है ऐसी गरीब माताओं को एक नई आशा जगाने वाली आप पारादीप रिफाइनरी है ਜਹਾਂ ਸੇ ਗੈਸ ਸਿਲਿੰਡਰ ਗਰੀਬ ਕੇ ਘਰ ਤੱਕ ਪਹੁੰਚਨੇ ਵਾਲੇ ਆਮ ਆਦੀ ਪਾਰਟੀ ਤੋਂ ਬਾਹਰ ਕੀਤੇ ਗਏ ਯੋਗਿੰਦਰ ਯਾਦਵ ਆਪਣੀ ਨਵੀਂ ਪਾਰਟੀ ਬਣਾ ਸਕਦੇ ਨੇ ਯੋਗਿੰਦਰ ਯਾਦਵ ਨੇ ਕਿਹਾ ਕਿ ਉਹ ਇੱਕ ਅਜਿਹੀ ਪਾਰਟੀ ਬਣਾਉਣਾ ਚਾਹੁੰਦੇ ਨੇ ਜਿਹੜੀ ਅੰਦਰੂਨੀ ਲੋਕਤੰਤਰ ਪਾਰਦਰਸ਼ਤਾ ਤੇ ਜਵਾਬਦੇਹੀ ਦੇ ਮਾਪਦੰਡਾਂ ਤੇ ਪੂਰੀ ਉੱਤਰਦੇ ਆਂ ਦੇਸ਼ ਚ ਊਰਜਾ ਦਾ ਪਸਾਰ ਕਰੇ ਦੱਸ ਦਈਏ ਕਿ ਫਿਲਹਾਲ ਯੋਗਿੰਦਰ ਯਾਦਵ ਸਵਰਾਜ ਲਹਿਰ ਚਲਾ ਰਹੇ ਨੇ ਯਾਦਵ ਨੇ ਕਿਹਾ ਕਿ ਪਾਰਟੀ ਬ੍ਰੌਂਸ ਸਮੇ ਇਹ ਯਕੀਨੀ ਬਣਾਣਗੇ ਕਿ ਉਹ ਸਵਰਾਜ ਅਭਿਆਨ ਆਜ਼ਾਦ ਰੂਪ ਨਾਲ ਕੰਮ ਕਰਦਾ ਰਹੇ ਅਤੇ ਪਾਰਟੀ 'ਚ ਮਰਜ਼ ਨਾ ਹੋਵੇ। ਉਹਨਾਂ ਨੇ ਕਿਹਾ ਕਿ ਅਸੀਂ ਇੱਕ ਵਿਕਲਪ ਵਜੋਂ ਸਿਆਸਤ ਸ਼ਕਤੀ ਦਾ ਵਿਸਥਾਰ ਕਰਨਾ ਚਾਹੁੰਦੇ ਹਾਂ ਅਤੇ ਪਾਰਟੀ ਬਣਾਉਣਾ ਚਾਹੁੰਦੇ ਹਾਂ। ਯੋਗਿੰਦਰ ਯਾਦਵ ਨੇ ਕਿਹਾ ਕਿ ਕਿਸੇ ਵੀ ਤਰੀਕੇ ਪਾਰਟੀ ਬਣਾਉਣ ਤੇ ਚੋਣ ਲੜਨ ਦਾ ਸਾਡਾ ਉਦੇਸ਼ ਨਹੀਂ ਹੈ। ਯੋਗਿੰਦਰ ਯਾਦਵ ਨੇ ਕਿਹਾ ਕਿ ਜੋ ਵੀ ਮੰਚ ਤੋਂ ਹੋਏਗਾ ਜਨਤਕ ਤੌਰ ਤੇ ਅਤੇ ਲੋਕਤੰਤਰੀ ਪ੍ਰਕਿਰਿਆ ਦੇ ਅਧੀਨ ਹੀ ਹੋਏਗਾ। ਸ਼ਿਮਲਾ ਦੀ ਸੈਰ ਕਰਨ ਦੀ ਇੱਛਾ ਰੱਖਣ ਵਾਲਿਆਂ ਲਈ ਚੰਗੀ ਖਬਰ ਹੈ ਹਿਮਾਚਲ ਪ੍ਰਦੇਸ਼ ਦੀ ਰਾਜਸਥਾਨੀ ਸ਼ਿਮਲਾ ਸਮੇਤ ਕਈ ਇਲਾਕਿਆਂ 'ਚ ਭਾਰੀ ਬਰਫਬਾਰੀ ਹੋਈ ਹੈ ਕਿਨੌਰ ਚੰਬਾ ਮਨਾਲੀ ਅਤੇ ਡਲਹੌਜ਼ੀ ਸਮੇਤ ਕਈ ਥਾਵਾਂ 'ਤੇ ਤਾਜ਼ੀ ਬਰਬਾਰੀ ਕਰਕੇ ਸੈਲਾਨੀਆਂ ਦੇ ਚਿਹਰਿਆਂ ਤੇ ਰੌਣਕ ਆ ਗਈ ਹੈ ਇਸ ਬਰਫਬਾਰੀ ਦੇ ਚੱਲਦਿਆਂ ਉੱਤਰ ਭਾਰਤ 'ਚ ਇੱਕ ਵਾਰ ਮੁੜ ਤੋਂ ਠੰਡ ਵੱਧ ਗਈ ਹੈ ਐਤਵਾਰ ਸਵੇਰੇ ਮੀਂਹ ਤੋਂ ਬਾਅਦ ਸ਼ਿਮਲਾ 'ਚ ਲਗਾਤਾਰ ਬਰਬਾਰੀ ਸ਼ੁਰੂ ਹੋ ਗਈ ਬਰਬਾਰੀ ਤੋਂ ਬਾਅਦ ਹਰ ਪਾਸੇ ਚਿੱਟੀ ਚਾਦਰ ਵਿਛੀ ਨਜ਼ਰ ਆ ਰਹੀ ਹੈ ਇਸ ਨਾਲ ਹੀ ਹੋਰ ਸੈਲਾਨੇ ਦੀ ਗਿਣਤੀ ਵਧਣ ਦੀ ਉਮੀਦ ਹੈ ਸੈਲਾਨੀਆਂ ਦੇ ਨਾਲੇ ਬਰਬਾਰੀ ਕਿਸਾਨਾਂ ਲਈ ਵੀ ਕਾਫੀ ਲਾਹੇਵੰਦ ਦੱਸੀ ਜਾ ਰਹੀ ਹੈ ਇਸ ਬਰਬਾਰੀ ਦੇ ਚੱਲਦਿਆਂ ਕਿਸਾਨਾਂ ਦੀ ਸੇਬ ਦੀ ਫਸਲ ਨੂੰ ਕਾਫੀ ਫਾਇਦਾ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ ਪਾਕਿਸਤਾਨ 'ਚ ਸ਼ਨੀਵਾਰ ਨੂੰ ਤਾਲਿਬਾਨ ਨੇ ਫੌਜ ਦੇ ਵਾਹਨ ਨੂੰ ਨਿਸ਼ਾਨਾ ਬਣਾ ਕੇ ਵੱਡਾ ਧਮਾਕਾ ਕੀਤਾ ਇਸ ਧਮਾਕੇ 'ਚ 8 ਸਾਲਾਂ ਬੱਚੀ ਸਮੇਤ 9 ਲੋਕਾਂ ਦੀ ਮੌਤ ਹੋ ਗਈ ਮਰਨ ਵਾਲਿਆਂ 'ਚ 4 ਸੁਰੱਖਿਆ ਮੁਲਾਜ਼ਮ ਵੀ ਨੇ ਤਾਲਿਬਾਨ ਨੇ ਬਲੋਚਿਸਤਾਨ ਸੂਬੇ ਦੀ ਰਾਸਤਾ ਨੇ ਕਵੈਟਾ 'ਚ ਅੱਤਵਾਦੀ ਹਮਲਾ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਡੀਆਈਜੀ ਇਮਤੀਆਜ਼ ਸ਼ਾਹ ਨੇ ਦੱਸਿਆ ਕਿ ਹਮਲਾ ਜ਼ਿਲ੍ਹਾ ਅਦਾਲਤ ਦੇ ਨੇੜੇ ਕੀਤਾ ਗਿਆ ਡੀਆਈਜੀ ਮੁਤਾਬਕ ਭੀੜਪਾੜ ਵਾਲੇ ਇਸ ਇਲਾਕੇ 'ਚ ਭਾਰੀ ਸੁਰੱਖਿਆ ਵਿਵਸਥਾ ਰਹਿੰਦੀ ਹੈ ਸੂਬਾਈ ਇੱਕ ਵਰਨਰ ਦੇ ਇੱਕ ਬੁਲਾਰੇ ਮੁਤਾਬਕ ਠਮਾਕੇ ਚ 40 ਲੋਕ ਜ਼ਖਮੀ ਵੀ ਹੋਏ ਨੇ ਜਿਨ੍ਹਾਂ ਚੋਂ 8 ਦੀ ਹਾਲਤ ਗੰਭੀਰ ਬਣੀ ਹੋਈ ਹੈ ਠਮਾਕੇ ਨਾਲ ਆਲੇ ਦੁਆਲੇ ਦੀਆਂ ਇਮਾਰਤਾਂ ਨੂੰ ਵੀ ਭਾਰੀ ਨੁਕਸਾਨ ਪੁੱਜਿਆ ਤਾਲਿਬਾਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ ਬਾਚਾਖਾਨ ਯੂਨੀਵਰਸਿਟੀ ਤੇ ਹਮਲੇ ਤੋਂ ਬਾਅਦ ਤਾਲਿਬਾਨ ਦਾ ਪਾਕਿਸਤਾਨ ਚ ਇਹ ਪਹਿਲਾ ਵੱਡਾ ਹਮਲਾ ਹੈ ਭਾਰਤੀ ਮੂਲ ਦੇ ਲੂਸੀਆਨਾ ਦੇ ਗਵਰਨਰ ਬੌਬੀ ਜਿੰਦਲ ਨੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਮਾਰਕੋ ਰੋਬਿਓ ਦਾ ਸਮਰਥਨ ਕੀਤਾ ਹੈ ਮਾਰਕੋ ਰੋਬਿਓ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਨੇ ਉਹ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਦੀ ਦੌੜ ਚ ਤੀਜੇ ਨੰਬਰ ਤੇ ਚੱਲ ਰਹੇ ਨੇ ਦੱਸ ਦਈਏ ਕਿ ਭਾਰਤੀ ਮੂਲ ਦੇ ਬੌਬੀ ਜਿੰਦਲ ਨਵੰਬਰ ਚ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ਚੋਂ ਖੁਦ ਹੀ ਬਾਹਰ ਹੋ ਗਏ ਸਨ ਅਮਰੀਕੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਜਿੰਦਲ ਨੇ ਕਿਹਾ ਕਿ ਉਹ ਮਾਰਕੋ ਰੋਬਿਓ ਦੀ ਹਮਾਇਤ ਕਰਦੇ ਨੇ ਜਿੰਦਲ ਨੇ ਮੰਨਿਆ ਕਿ ਮੌਜੂਦਾ ਸਮਾਂ ਅਮਰੀਕਾ ਲਈ ਕਾਫੀ ਖਤਰਨਾਕ ਹੈ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਉੱਤੇ ਵਰਦਿਆ ਜਿੰਦਲ ਨੇ ਆਖਿਆ ਕਿ ਓਬਾਮਾ ਨੇ ਅਮਰੀਕਾ ਨੂੰ ਕਮਜ਼ੋਰ ਕਰਕੇ ਰੱਖ ਦਿੱਤਾ ਹੈ ਜਿੰਦਲ ਮੁਤਾਬਕ ਅਮਰੀਕਾ ਦੇ ਦੋਸਤ ਉਸ ਉੱਤੇ ਭਰੋਸਾ ਨਹੀਂ ਕਰਦੇ ਤੇ ਦੁਸ਼ਮਣ ਉਸ ਤੋਂ ਡਰਨਾ ਛੱਡ ਗਏ ਨੇ ਉਨਾਂ ਆਖਿਆ ਕਿ ਵਿਦੇਸ਼ ਨੀਤੀ ਪ੍ਰਤੀ ਰੋਬਿਓ ਦੀ ਸੋਚ ਦੂਜੇ ਉਮੀਦਵਾਰਾਂ ਦੇ ਮੁਕਾਬਲੇ ਕਾਫੀ ਚੰਗੀ ਹੈ। ਉਹਨਾਂ ਕਿਹਾ ਕਿ ਰੋਬਿਓ ਕੋਲ ਆਰਥਿਕ ਨੀਤੀਆਂ ਲਈ ਵੀ ਵਿਆਪਕ ਨਜ਼ਰੀਆ ਹੈ। ਅਮਰੀਕਾ ਤੇ ਕੈਨੇਡਾ ਚ ਟੈਲੀਫੋਨ ਰਾਹੀਂ ਲੋਕਾਂ ਨੂੰ ਡਰਾ ਕੇ ਠੱਗਣ ਦੇ ਕੇਸਾਂ ਚ ਭਾਰਤੀ ਲੜਕੇ ਅਤੇ ਲੜਕੀਆਂ ਦੀਆਂ ਗ੍ਰਿਫਤਾਰੀਆਂ ਲਗਾਤਾਰ ਜਾਰੀ ਨੇ ਇਸ ਕੇਸ ਚ ਹੁਣ ਟੋਰਾਂਟੋ ਪੁਲਿਸ ਨੇ 20 ਸਾਲ ਦੇ ਅਭੇ ਠੱਕਰ ਨੂੰ ਕਾਬੂ ਕੀਤਾ ਹੈ 20 ਸਾਲਾ ਅਭੀ ਠੱਕਰ ਕੈਨੇਡਾ ਰੈਵਨਿਊ ਏਜੰਸੀ ਦਾ ਅਫਸਰ ਬਣ ਕੇ ਅਨਟਾਰੀਓ ਅਤੇ ਅਲਬਰਟਾ ਚ ਲੋਕਾਂ ਨੂੰ ਟੈਕਸ ਦੇ ਬਕਾਏ ਭਰਨ ਜਾਂ ਜੇਲ੍ਹ ਭੇਜ ਤੇ ਜਾਣ ਦੀ ਡਰਾਵੇ ਦਿੰਦਾ ਸੀ ਇਸ ਕੇਸ ਚ ਹੈਰਾਨੇ ਵਾਲੀ ਗੱਲ ਇਹ ਹੈ ਕਿ ਪੁਲਿਸ ਨੂੰ ਅਭੀ ਠੱਕਰ ਦਾ ਕੈਨੇਡਾ ਚ ਕੋਈ ਪੱਕਾ ਪਤਾ ਨਹੀਂ ਮਿਲਿਆ ਇਸ ਤੋਂ ਪਹਿਲਾਂ ਕਿਸੇ ਕੇਸ 'ਚ ਅਮਰੀਕਾ ਦੇ ਨਿਊ ਜਰਸੀ ਤੋਂ ਆਕਾਸ਼ ਸतीश ਪਟੇਲ ਸਜ਼ਾਪੂਰੀ ਹੋਣ ਮਗਰੋਂ ਭਾਰਤ ਮੋੜਿਆ ਜਾ ਚੁੱਕਿਆ ਹੈ ਅਤੇ ਉਸ ਦੀ ਸਾਥਣ ਨੇ ਕੀਤਾ ਨਟਵਰ ਲਾਲ ਪਟੇਲ ਭਾਰਤ ਵਾਪਸ ਕੀਤੇ ਜਾਣ ਤੱਕ ਜੇਲ੍ਹ 'ਚ ਦਿਨ ਕੱਟ ਰਹੀ ਹੈ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨਕੀ ਮੂਨ ਨੇ ਆਈਐਸ ਬਾਰੇ ਇੱਕ ਮਹੱਤਵਪੂਰਨ ਰਿਪੋਰਟ ਪੇਸ਼ ਕੀਤੀ ਹੈ। ਰਿਪੋਰਟ ਮੁਤਾਬਕ ਦਸੰਬਰ ਤੱਕ ਵਿਸ਼ਵ ਭਰ ਦੇ 34 ਅਤਵਾਦੀ ਸਮੂਹਾਂ ਨੇ ਆਈਐਸ ਨਾਲ ਸੰਪਰਕ ਸਾਧਿਆ ਸੀ ਸੰਯੁਕਤ ਰਾਸ਼ਟਰ ਦੀ ਇਸ ਰਿਪੋਰਟ ਮੁਤਾਬਕ 2016 ਦੌਰਾਨ ਇਸ ਗਿਣਤੀ ਵਿੱਚ ਵਾਧਾ ਹੋਣ ਦੇ ਪੂਰੇ ਅਸਾਰ ਨੇ ਬਾਨ ਕੀ ਮੂਨ ਨੇ ਸੰਯੁਕਤ ਰਾਸ਼ਟਰ ਮੈਂਬਰਾਂ ਦੇ ਦੇਸ਼ਾਂ ਨੂੰ ਵੀ ਆਈਐਸ ਨਾਲ ਸੰਬੰਧ ਸਮੂਹਾਂ ਦੇ ਹਮਲਿਆਂ ਨੂੰ ਲੈ ਕੇ ਤਿਆਰੀ ਕਰਨ ਦੀ ਅਪੀਲ ਕੀਤੀ ਹੈ ਬਾਨ ਕੀ ਮੂਨ ਨੇ ਕਿਹਾ ਹੈ ਕਿ ਆਈਐਸ ਦਾ ਤੇਜ਼ ਰਫ਼ਤਾਰ ਨਾਲ ਵਿਸਥਾਰ ਹੋਇਆ ਅਤੇ ਖਤਰੇ ਦੀ ਗੰਭੀਰਤਾ ਵਧੀ ਹੈ ਰੀਪੋਰਟ ਵਿੱਚ ਦੱਸਿਆ ਗਿਆ ਹੈ ਕਿ ਆਈਐਸ ਦੁਨੀਆ ਦਾ ਤਨੀ ਅਤਵਾਦੀ ਸੰਗਠਨ ਹੈ ਬਨਕੀ ਮੂਨ ਨੇ ਦੱਸਿਆ ਕਿ ਪਾਬੰਦੀ ਦੇ باوجود 2015 ਚ ਤੇਲ ਤੋਂ ਆਈਐਸ ਨੂੰ ਅੰਦਾਜ਼ਨ 50 ਕਰੋੜ ਅਮਰੀਕੀ ਡਾਲਰਾਂ ਦੀ ਕਮਾਈ ਹੋਈ ਹੈ ਉੱਤਰੀ ਕੋਰੀਆ ਨੇ ਫਿਰ ਪਰੜਕਾਉ ਕਾਰਵਾਈ ਕਰਦੇ ਹਾਂ ਲੰਬੀ ਦੂਰੀ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਦਾਗ ਦਿੱਤੀ ਹੈ ਤਾਨੇਸ਼ਾ ਕਿਮ ਜੋង ਓਨ ਦੇ ਅਧਿਕਾਰੀਆਂ ਨੇ ਇਸ ਨੂੰ ਅਰਥ ਆਬਜ਼ਰਵੇਸ਼ਨ ਸੈਟੇਲਾਈਟ ਲਾਂਚ ਕਰਾਰ ਦਿੱਤਾ ਹੈ ਹਾਲਾਂਕਿ ਅਮਰੀਕਾ ਤੇ ਜਾਪਾਨ ਨੇ ਇਸ ਮਿਜ਼ਾਈਲ ਨੂੰ ਟੈਸਟ ਦੱਸਿਆ ਦੱਖਣੀ ਕੋਰੀਆ ਤੇ ਰੱਖਿਆ ਮੰਤਰਾਲੇ ਦੇ ਬੁਲਾਰੇ ਮੁਤਾਬਕ ਉੱਤਰ ਕੋਰੀਆ ਨੇ ਸਥਾਨਕ ਸਮੇਂ ਮੁਤਾਬਕ ਸਵੇਰੇ 9:30 ਵਜੇ ਡੋਂਗਚੰਗ ਵੀ ਰੀ ਮਿਜ਼ਾਈਲ 베이스 ਤੋਂ ਇਸ ਰਾਕਟ ਨੂੰ ਲਾਂਚ ਕੀਤਾ ਹੈ ਅਮਰੀਕਾ ਨੇ ਇਸ ਪ੍ਰੇਖਣ ਨੂੰ ੜਕਾਓ ਕਾਰਵਾਈ ਦੱਸਿਆ ਉੱਥੇ ਜਾਪਾਨੀ ਪ੍ਰਧਾਨ ਮੰਤਰੀ ਸੇਜੋ ਆਬੇ ਨੇ ਇਸ ਨੂੰ ਪੂਰੀ ਤਰ੍ਹਾਂ ਅਸਹਿਨਯੋਗ ਕਰਾਰ ਦਿੱਤਾ ਉਧਰ ਇਸ ਮੁੱਦੇ ਤੇ ਅਮਰੀਕਾ ਜਾਪਾਨ ਅਤੇ ਦੱਖਣੀ ਕੋਰੀਆ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਐਮਰਜੈਂਸੀ ਬੈਠਕ ਬੁਲਾਉਣ ਦੀ ਵੀ ਅਪੀਲ ਕੀਤੀ ਹੈ ਦੱਸਦੀ ਹੈ ਕਿ ਉੱਤਰੀ ਕੋਰੀਆ ਨੇ ਹਾਲ ਹੀ ਵਿੱਚ ਹਾਈਡਰੋਜਨ ਬੰਬ ਦਾ ਵੀ ਪ੍ਰੀਖਣ ਕੀਤਾ ਸੀ ਜਿਸ ਤੋਂ ਬਾਅਦ ਅਮਰੀਕਾ ਦੇ ਜੰਗੀ ਜਹਾਜ਼ ਦੱਖਣੀ ਕੋਰੀਆ ਦੀਆਂ ਸਰਹੱਦਾਂ ਦੀ ਲਗਾਤਾਰ ਰਾਖੀ ਕਰ ਰਿਹਾ ਹੈ ਫਿਲਹਾਲ ਖਬਰਾਂ ਦੇਸ ਬੁਲੇਟਿਨ ਦੇ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ਾਤਰੀਨ ਖਬਰਾਂ ਲਈ ਤੁਸੀਂ ਵੇਖਦੇ ਰਹੋ ਐਫ ਐਮ ਆਈ ਨਿਊਜ਼